ਤਾਂ ਆਪਣੀਆਂ ਗੱਲਾਂ ਸੀ ਜਿਹਦੇ 'ਚ ਸਿਆਸੀ ਵੀ ਗੱਲਾਂ ਹੋਈਆਂ, ਕੁਝ ਕੁ ਕਲਮ ਦੀਆਂ ਵੀ ਗੱਲਾਂ ਹੋਈਆਂ, ਪਰ ਹੁਣ ਜਿਹੜੀ ਅਖੀਰ ਗੱਲ ਆ ਜਾਂਦੀ ਹੈ ਵੀ ਤੁਸੀਂ ਜੇ 7 ਦਹਾਕੇ ਲਿਖਿਆ, 7 ਦਹਾਕਿਆਂ 'ਚ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਰਿਹਾ, ਅਤੇ ਅੱਜ ਵੀ ਮੈਂ ਨੋਟ ਕੀਤਾ, ਅੱਜ ਵੀ ਜੇ ਸਾਡੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਤਾਂ ਫਿਰ ਤੁਹਾਡੇ ਕੋਲ ਉਹੀ ਚਿੰਤਾ ਵੀ ਪੰਜਾਬ ਗਿਆ, ਪੰਜਾਬ ਗਿਆ, ਠੀਕ। ਸੋ ਜੇ ਹੈ ਵੈਸੇ ਇਹ ਹੈ ਕੋਰਾ ਸੱਚ ਆ ਜੀ, ਪਰ ਸਾਹਮਣੇ ਸਾਡੇ ਖੁੱਲ ਰਿਹਾ, ਜਿਵੇਂ ਬਰਫ਼ ਦਾ ਡਲਾ ਖੁੱਲ ਰਿਹਾ ਉਸ ਤਰ੍ਹਾਂ ਖੁੱਲ ਰਿਹਾ ਜੀ। ਪਰ ਹੁਣ ਇਹਨੂੰ ਅਸੀਂ ਤਾਂ ਜਿੰਨੀ ਕੁ ਉਮਰ ਦੇ ਨਾਲ ਜਾਂ ਕਹਿੰਦੇ ਨੇ ਰੜ ਕੇ ਗੱਲਾਂ ਆਉਂਦੀਆਂ, ਤੁਸੀਂ ਹੁਣ ਤੱਕ ਦੇ ਤਜਰਬਿਆਂ 'ਚ ਫਿਰ ਵੀ ਕੋਈ ਤਾਂ ਸਾਨੂੰ ਕੀ ਪੁਆਇੰਟ ਦੱਸੋ ਵੀ ਅਸੀਂ ਕੀ ਕਰੀਏ, ਜਾਂ ਯੂਥ ਨੂੰ ਦੱਸੋ ਵੀ ਯੂਥ ਕੀ ਕਰੇ ਜਿਹਦੇ ਨਾਲ ਕਿ ਇਸ ਨੂੰ ਰੋਕਿਆ ਜਾ ਸਕੇ, ਇਸ ਜਾਂਦੇ ਬਰਫ਼ ਨੂੰ ਖੁੱਲਣ ਤੋਂ ਬਚਾਇਆ ਜਾ ਸਕੇ। ਗੱਲ ਇਹ ਹੈ ਵੀ ਯੂਨਿਟੀ ਕਰੇ ਬਿਨਾਂ, ਬਰਾਬਰ ਦੀ ਸਥਿਰ ਕਰੇ ਖੜੀ ਕਰੇ ਬਿਨਾਂ ਇਹਨਾਂ ਨੂੰ ਸ਼ਿਕਸਤ ਨਹੀਂ ਦੇ ਸਕਦੇ। ਲੇਕਿਨ ਲੋਕ ਔਖੇ ਆ ਇਹਨਾਂ ਦੋਵਾਂ ਤੋਂ, ਜੇ ਲੋਕ ਔਖੇ ਨਾ ਹੁੰਦੇ ਤਾਂ ਵੈਸੇ ਇਹ ਹੈ ਵੀ ਜਿਹੜੀ ਇਹ ਨਵੀਂ ਰਾਜਸੀ ਪਾਰਟੀ ਆ ਰਹੀ ਹੈ ਨਾ, ਇਹਨਾਂ 'ਚ ਬਹੁਤ ਕੋਈ ਥਿੰਕਰ ਬੰਦੇ ਨਹੀਂ ਗਏ ਹੈ ਹਾਲੇ ਤੱਕ, ਨਵੇਂ ਬੰਦੇ ਆ। ਲੇਕਿਨ ਇਹਨਾਂ ਨੂੰ ਫਾਇਦਾ ਮਿਲ ਰਿਹਾ ਉਹਨਾਂ ਦੀਆਂ ਦੋਹਾਂ ਪਾਰਟੀਆਂ ਦੀਆਂ ਬੇਵਕੂਫੀਆਂ ਦਾ ਫਾਇਦਾ ਉਹਨਾਂ ਨੂੰ ਮਿਲ ਰਿਹਾ। ਲੇਕਿਨ ਕੁਰਬਾਨੀ ਵਾਲੇ ਬੰਦੇ ਅਜੇ ਨਹੀਂ ਆਏ ਇਹਨਾਂ 'ਚ, ਸਿਆਣਪ ਵਾਲੇ ਨਹੀਂ ਆਏ, ਕੁਰਬਾਨੀ ਆਏ। ਲੇਕਿਨ ਜੇ ਇਹਨਾਂ 'ਚ ਕੁਰਬਾਨੀ ਵਾਲੇ ਬੰਦੇ ਉੱਠ ਕੇ ਜੁੜ ਜਾਣ ਤਾਂ ਇਹ ਦੋਹਾਂ ਧਿਰਾਂ ਫੇਰ ਹੋ ਸਕਦੀਆਂ ਨੇ। ਲੋਕ ਔਖੇ ਆ ਇਹਨਾਂ 'ਤੇ, ਜੇ ਲੋਕ ਔਖੇ ਨਾ ਹੁੰਦੇ ਦਿੱਲੀ ਵਰਗੇ ਇਲਾਕੇ 'ਚ ਇਹਨਾਂ ਨੂੰ ਕਦੇ ਹਾਰ ਨਾ ਆਉਂਦੀ। ਸੋ ਲੋਹਾ ਗਰਮ ਅਸੀਂ ਕਹਿ ਸਕਦੇ ਹਾਂ ਹੁਣ, ਹਾਂ ਇੱਕ ਤਾਂ ਲੋੜ ਹੈ ਜਿਹੜੀ ਤੀਜੀ ਧਿਰ ਆ ਉਹਦੇ 'ਚ ਹੋਰ ਚਿੰਤਕ ਬੁੱਧੀਜੀਵੀ ਜੁੜਨੇ ਚਾਹੀਦੇ ਆ, ਠੀਕ ਹੈ। ਕੱਲੀਆਂ ਅਸੀਂ ਗੱਲਾਂ ਸੁਣਾਉਣ ਵਾਲੇ ਨਹੀਂ, ਸਾਨੂੰ ਨਹੀਂ ਹੋਣੇ ਚਾਹੀਦੇ, ਸਾਨੂੰ ਉਹ ਚਾਹੀਦਾ ਜਿਹਨੂੰ ਸੋਝੀ ਹੋਵੇ ਕਿਸੇ ਘਰ ਨੂੰ, ਕਿਸੇ ਮੁਲਕ ਨੂੰ, ਕਿਸੇ ਸੂਬੇ ਨੂੰ ਕਿਵੇਂ ਚੱਲੋ। ਇਹਨਾਂ 'ਚ ਹੁਣ ਉਹ ਨਵੀਂ ਪਾਰਟੀ ਹੈ, ਨਵੀਂ ਪਾਰਟੀ ਵਾਲੇ ਅਜੇ ਕਿਸੇ ਬੰਦੇ ਨੂੰ ਦੇ ਉਹਦੇ ਦਿਮਾਗ ਤੱਕ ਉਹਨਾਂ ਨੂੰ ਸੰਕੋਚ ਵੀ ਇਹ ਕਿੱਥੋਂ ਤੱਕ ਹੰਢ ਸਕਦਾ, ਉਮਰ ਤੱਕ ਹੀ ਹੰਢ ਸਕਦਾ। ਉਹ ਜਜ਼ਬਾਤੀ ਤੌਰ 'ਤੇ ਨਾਲ ਜੋੜੀ ਜਾਂਦੇ ਆ, ਜਜ਼ਬਾਤ ਇਕੱਲਿਆਂ ਨੇ ਤਾਂ ਪੰਜਾਬ ਥੱਲੇ ਪਾਇਆ, ਪੰਜਾਬ ਦੀਆਂ ਕੋਲ ਜਜ਼ਬਾਤ ਤਕੜੇ ਸੀ ਲੇਕਿਨ ਸੂਝ ਉਹਦੇ ਨਾਲ ਨਹੀਂ ਜੋੜ ਸਕੇ, ਜਿਸ ਕਰਕੇ ਪੰਜਾਬ ਫੇਲ ਹੋਇਆ। ਇਸ ਦੌਰਾਨ ਤੁਸੀਂ ਇੱਕ ਟਾਈਮ ਆਇਆ ਬਾਦਲ ਸਾਹਿਬ ਨੂੰ ਬੜੀ ਕਰਾਰੀ ਚਿੱਠੀ ਲਿਖੀ ਇੱਕ ਵਾਰ, ਕਈ ਦੁਨੀਆ ਭਰ 'ਚ ਚਰਚਾ 'ਚ ਆਈ ਉਹ ਚਿੱਠੀ ਵੀ ਤੁਹਾਡੀ ਲਿਖੀ, ਤਾਂ ਉਹ ਚਿੱਠੀ ਲਿਖਣ ਦਾ ਵੀ ਇਹੀ ਚਿੰਤਾ ਜ਼ਿਆਦਾ ਹੋ ਜਾਣਾ ਸੀ ਕਾਰਨ, ਅਤੇ ਉਹਦਾ ਕੀ ਰਿਸਪੋਂਸ ਆਇਆ ਜਾਂ ਕੀ ਤੁਸੀਂ ਸੋਚਦੇ ਉਹਦਾ ਫਾਇਦਾ? ਮੈਂ ਉਹਦੇ ਆ ਮੁੰਡੇ ਨੂੰ, ਮੇਰੇ ਦੋਸਤ ਆ ਜੀ, ਉੱਥੇ ਮੇਰੇ ਕੋਲ ਬੈਠਾ ਆਇਆ, ਮੈਂ ਬਾਜ਼ਾਰ ਛੱਡਣ ਲੱਗਾ ਜੀ ਜੀ। ਮੈਂ ਕਿਹਾ ਛੱਡ ਕੇ ਕੀ ਕਰੇਗਾ, ਆਹਦਾ ਨਵੀਂ ਪਾਰਟੀ ਬਣਾਊਂਗਾ। ਮੈਂ ਜਿੰਨਾ ਚਿਰ ਤੇਰਾ ਤਾਇਆ ਬੈਠਾ ਤੇਰੀ ਨਵੀਂ ਪਾਰਟੀ ਨਹੀਂ ਚੱਲਣੀ ਜੀ, ਉਹ ਨਹੀਂ ਚੱਲਣੀ। ਮੈਂ ਉਹਨਾਂ ਚਿਰ ਉਹ ਆਹਦਾ ਮੇਰੇ ਨਾਲ ਅੱਧੀ ਵਜ਼ਾਰਤ ਆ ਹੈ, ਮਖਜਿੱਦਣ ਉਹਨੇ ਦਬਕਾ ਮਾਰਿਆ ਤੇਰੇ ਨਾਲ ਇੱਕ ਨਹੀਂ ਖੜਾ ਹੋਣਾ ਜੀ। ਇੱਥੋਂ ਫੈਸਲਾ ਕਰ ਗਿਆ ਮੇਰੇ ਨਾਲ ਵੀ ਮੈਂ ਅਸਤੀਫਾ ਨਹੀਂ ਦਿੰਦਾ। ਉੱਥੇ ਤੁਹਾਡੇ ਵਰਗੇ 10-15 ਬੰਦੇ ਬੈਠੇ ਸੀ, ਅੱਜ ਬੋਲਾ ਕਮਲ ਕਿੱਧਰੋਂ ਆ ਗਿਆ, ਕਮਲ ਮਾਰਨ ਵਾਲਾ ਉਹ ਤੈਨੂੰ ਸਲਾਹ ਦੇਣ ਵਾਲਾ, ਅਤੇ ਅੱਧੀ ਵਜ਼ਾਰਤ ਤੇਰੇ ਨਾਲ ਆ ਅਤੇ ਤੂੰ ਉੱਠ ਅਤੇ ਅਸੀਂ ਕਰਦੇ ਹਾਂ, ਚੱਕ ਕੇ ਉਹਨਾਂ ਨੇ ਅਸਤੀਫਾ ਦਵਾਤਾ। ਦੂਜੀ ਸਭ ਤੋਂ ਵੱਡੀ ਗਲਤੀ ਕੀਤੀ, ਭਗਤ ਸਿੰਘ ਦੀ ਸਮਾਧ 'ਤੇ ਜਾ ਕੇ ਸੌਂ ਖਾਇਆ, ਨਾ ਇੱਧਰ ਜਾਣ ਜੋਗਾ ਰਿਹਾ ਨਾ ਉੱਧਰ ਜਾਣ ਜੋਗਾ ਰਿਹਾ, ਦਾਇਰਾ ਬਣਾ ਲਿਆ ਆਪਦਾ, ਦਾਇਰਾ ਬਣਾ ਲਿਆ। ਮੈਂ ਵੀ ਕਿਹਾ ਫਿਰ ਤੂੰ ਕੀ ਕਰਿਆ, ਆਹਦਾ ਹੋ ਗਈ ਫਿਰ ਹੁਣ ਇਹ ਤਾਂ। ਸੋ ਮੈਂ ਚਾਹੁੰਦਾ ਸੀ ਵੀ ਉੱਠੇ ਮੈਂ ਹਾਲੇ ਤੂੰ ਇੰਤਜ਼ਾਰ ਕਰ, ਤੇਰੀ ਉਹ ਤੂੰ ਉਹਦੇ ਨਾਲ ਜੁੜਿਆ ਰਹਿ, ਹਾਲੇ ਉਹ ਤੇਰੇ ਨਾਲ ਜੁੜਿਆ ਵੀ ਆ। ਇਹ ਮੁੰਡਾ ਉਹਦਾ ਮੁੰਡਾ ਨਹੀਂ ਤੇਰੇ ਜਿੰਨਾ ਸਿਆਣਾ, ਇੱਕ ਇਹ ਵੀ ਗੱਲ ਆ, ਮੈਂ ਤੇਰੇ ਜਿੰਨਾ ਉਹ ਸਿਆਣਾ ਨਹੀਂ, ਅਤੇ ਤੇਰੇ ਨਾਲ ਜੁੜ ਜੂ ਸਾਰੀ ਵਜ਼ਾਰਤ। ਉਹ ਉਦੋਂ ਚੱਲ ਇਸ ਤਰ੍ਹਾਂ ਗੱਲ ਉਹ ਖੁੱਲ ਗਈ। ਹੁਣ ਮੈਂ ਠੁੰਮਣਾ ਦੇਣ ਦੀ ਤਾਂ ਕੋਸ਼ਿਸ਼ ਕੀਤੀ ਉਹਨੂੰ, ਹੋਰ ਮੇਰੇ ਸਾਹਮਣੇ ਕੋਈ ਬੰਦਾ ਨਹੀਂ ਇਹੋ ਜਿਹਾ ਆਇਆ ਜਿਹੜਾ ਕਿ ਜਿਹਨੂੰ ਅਸੀਂ ਉਸਾਰ ਸਕੀਏ, ਜਿਹਦੇ 'ਤੇ ਮਿਹਨਤ ਕਰ ਸਕੀਏ ਜੀ। ਕਿਉਂਕਿ ਇੱਕ ਬੰਦੇ ਨੂੰ ਬਣਾਉਣ ਲਈ ਕਈ ਵਾਰੀ 10-20 ਸਾਲ ਲੱਗ ਜਾਂਦੇ ਆ, ਤੇ ਪਰ ਬਹੁਤ ਲੱਗਦਾ ਕਰਾਉਣ ਲੱਗੇ 1 ਮਿੰਟ ਲੱਗਦਾ। ਨਹੀਂ ਗੱਲ ਹੀ ਕੁਛ ਨਹੀਂ ਜੀ, ਵੈਸੇ ਇਹ ਕਰਪਟ ਨਹੀਂ ਹੋਇਆ ਅਜੇ ਤੱਕ, ਇਹ ਇਸ ਗੱਲੋਂ ਅਜੇ ਬਰੀ ਹੈ, ਕਰਪਟ ਨਹੀਂ ਹੋਇਆ। ਲੇਕਿਨ ਜਿਸ ਢੰਗ ਨਾਲ ਇਸ ਨੇ ਪਾਰਟੀ ਨੂੰ ਖੜੀ ਕਰਨਾ ਸੀ ਉਹ ਢੰਗ ਸਾਰੇ ਗਲਤ ਸੀ। ਸੋ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ ਆਪਣੀ, ਪਰ ਹੁਣ ਨਾਲ ਇੱਕ ਚੀਜ਼ ਆਪਾਂ ਥੋੜ੍ਹੀ ਜਿਹੀ ਪਰਸਨਲ ਵੀ ਟੱਚ, ਕਮਲ ਸ਼ਬਦ ਬਾਰੇ ਤੁਸੀਂ ਬਹੁਤ ਵਾਰੀ ਕਰ ਚੁੱਕੇ, ਪਰ ਥੋੜ੍ਹਾ ਜਿਹਾ ਫੇਰ ਹੁਣ ਸਾਡਾ ਅੱਜ ਦਾ ਯੂਥ ਆ ਜਿਹੜਾ, ਜਿਨ੍ਹਾਂ ਨੇ ਹੁਣ ਇਹੀ ਵੀਡੀਓ ਦੇਖ ਕੇ ਜੁੜਨਾ, ਇਹ ਕਦੋਂ ਅਤੇ ਕਿਵੇਂ ਜੁੜਿਆ ਤੁਹਾਡੇ ਨਾਲ? ਉਹ ਗੱਲ ਇਹ ਹੈ ਵੀ ਮੇਰਾ ਇੱਕ ਉੱਥੇ ਸਲਾਹੀ ਸੀ ਜੀ, ਭਾਈ ਕੇ ਫਫੜਿਆਂ ਦਾ, ਭਾਈ ਕੇ ਫਫੜੇ,
ਉਹ ਮੇਰਾ ਮੁੱਢ ਸੀ ਸਮਝੋ ਇੱਕ ਤਰ੍ਹਾਂ ਨਾਲ, ਮੈਨੂੰ ਉਠਾਉਣ ਵਾਲਾ, ਸਲਾਹਾਂ ਦੇਣ ਵਾਲਾ। ਉਹ ਕਹਿੰਦਾ ਵੀ ਜਿਹੜੇ ਨਜ਼ਮਾਂ ਲਿਖਦੇ ਆ ਉਹਨਾਂ ਦੇ ਤਖਲਸ ਹੁੰਦੇ ਆ, ਤੂੰ ਵੀ ਕੋਈ ਤਖਲਸ ਰੱਖ। ਮੈਂ ਕਿਹਾ ਮੈਨੂੰ ਤਾਂ ਯਾਰ ਯਾਦ ਹੀ ਨਹੀਂ, ਪਤਾ ਹੀ ਨਹੀਂ ਵੀ ਤਖਲਸ ਰੱਖੀਦਾ ਜਾਂ ਨਹੀਂ ਰੱਖੀਦਾ। ਉਹਨੇ ਚੱਕ ਕੇ ਇਹ ਕਮਲ ਤਖਲਸ ਜੋੜਤਾ ਨਾਲ, ਅਤੇ ਉਹ ਜੁੜਿਆ ਜੁੜਿਆ ਹੁਣ ਫਿਰ ਨਾਲ ਉਹ ਲਹਿੰਦਾ ਮੈਨੂੰ। ਨਹੀਂ ਨਹੀਂ ਲਵੇ, ਇਹ ਤਾਂ ਇੱਕ ਹੁਣ ਸਾਡੇ ਲਈ ਮਾਣ ਦੀ ਗੱਲ ਹੋ ਗਈ ਆ। ਇੱਕ ਗੱਲ ਹੋਰ ਜਿਹੜੀ ਮੈਂ ਅਕਸਰ ਕਰਦਾ ਹੁੰਦਾ, ਤੁਹਾਡੀ ਉਮਰ ਦਾ ਜਿਹੜਾ ਅਸੀਂ ਆਉਂਦੇ ਹਾਂ 96 ਸਾਲ 'ਚ ਤੁਸੀਂ ਪਹੁੰਚ ਚੁੱਕੇ ਹੋ, ਤਾਂ ਕੀ ਤੁਸੀਂ ਜਿਹੜੀ ਇਹ ਮੈਂ ਬੇਵਕੂਫੀਆਂ ਵਾਲੀਆਂ ਖੁਰਾਕਾਂ ਨਹੀਂ ਖਾਧੀਆਂ, ਸਾਦਗੀ ਰੱਖੀ ਹੈ ਜੀ। ਵੈਸੇ ਸ਼ਰਾਬ ਪੀ ਲੈਂਦਾ ਹੁੰਦਾ ਸੀ ਜੀ, ਫਿਰ ਮੈਂ ਉਹਨੂੰ ਥੋੜ੍ਹੀ ਕਰਤਾ ਜੀ। ਅਖੀਰ ਮੈਨੂੰ ਇੱਕ ਸਿਆਣੇ ਬੰਦੇ ਨੇ ਸਲਾਹ ਦਿੱਤੀ ਵੀ ਸ਼ਰਾਬ ਖਾਰਦੀ ਹੈ ਬੰਦੇ ਨੂੰ, ਮਖੀਰ ਠੀਕ ਹੈ, ਪਰ ਜੇ ਇਹਨੂੰ ਥੋੜ੍ਹੀ ਵਰਤੋ ਤਾਂ ਇਹ ਤੁਹਾਨੂੰ ਸਵਾਰਦੀ ਵੀ ਹੈ। ਉਹ ਮੈਂ ਉਦੋਂ ਤੋਂ ਉਹਦੀ ਗੱਲ ਲੜ ਬੰਨੀ, ਹੁਣ ਜੇ ਮੈਂ ਪੀਵਾਂ ਤਾਂ ਮੈਂ ਦੂਜੇ ਦਿਨ ਤੀਜੇ ਦਿਨ ਇੱਕ ਹਾੜਾ, ਇੱਕ ਬੋਤਲ ਜਿਹੜੀ ਮੇਰੀ ਇੱਕ ਮਹੀਨਾ ਚਲੀ ਜਾਂਦੀ ਹੈ ਇਸ ਤਰ੍ਹਾਂ ਦਾਰੂ ਤੌਰ 'ਤੇ। ਲੇਕਿਨ ਇਹ ਹੈ ਵੀ ਮੈਂ ਇੱਕ ਪੈਗ ਤੋਂ ਵੱਧ ਵਾਧੂ ਨਹੀਂ ਲੈਂਦਾ। ਮੇਰਾ ਇੱਕ ਹੋਰ ਕਹਿਣ ਦਾ ਮਤਲਬ ਸੀ ਵੀ ਜਿਹੜੀ ਉਮਰ ਜਿਹੜੇ ਟਾਈਮ ਤੁਹਾਡੇ ਜਨਮ ਹੋਏ ਉਸ ਟਾਈਮ ਨਾ ਤਾਂ ਕੋਈ ਸਹੀ ਢੰਗ ਨਾਲ ਉਦੋਂ ਤਾਂ ਸੋਚ ਹੀ ਕੋਈ ਨਹੀਂ ਸੀ, ਅਣਜਾਣਤਾ ਸੀ, ਰਜਿਸਟ੍ਰੇਸ਼ਨ ਵੀ ਨਹੀਂ ਹੁੰਦੀ ਸੀ, ਕੋਈ ਚੌਂਕੀਦਾਰ ਕੋਲ ਅੱਗੇ ਪਿੱਛੇ ਵੱਧ ਘੱਟ ਵੀ ਲਿਖਾ ਦਿੰਦਾ ਸੀ। ਕੀ ਤੁਸੀਂ ਤੁਸੀਂ ਇਸ ਚੀਜ਼ 'ਤੇ ਪਰਪੱਕੋਂ ਵੀ ਜਿਹੜਾ ਤੁਹਾਡਾ ਉਮਰ ਦਾ ਹੁਣ ਤੱਕ ਵੀ ਇਹ 96 ਦੇ ਹੋ ਗਏ ਹੋ ਤੁਸੀਂ? ਨਹੀਂ ਮੈਨੂੰ ਤਾਂ ਤੁਹਾਨੂੰ ਦੇਖ ਕੇ ਵੈਸੇ ਗੱਲ ਇਹ ਹੈ ਵੀ ਮੈਂ ਕੋਈ ਅਵਲੀ ਸਵਲੀਆਂ ਚੀਜ਼ਾਂ ਨਹੀਂ ਖਾਧੀਆਂ ਨਾ। ਸਾਨੂੰ ਦੇਖਣ 'ਚ ਤੁਸੀਂ 80 ਸਾਲ ਦੇ ਲੱਗਦੇ ਹੋ, ਕਿਤੇ ਇਹ ਤਾਂ ਨਹੀਂ ਕਿਸੇ ਨੇ ਮੇਰੇ ਵੱਲ 5-7 ਸਾਲ ਉਹ ਹੀ ਵੱਡੀ ਲਿਖਤੀ ਹੋਵੇ? ਨਹੀਂ ਉਹ ਮੇਰੀ ਉਮਰ 27 ਜੂਨ 1919 ਮੇਰਾ ਜਨਮ ਦਿਨ ਆ ਜੀ, 27 ਜੂਨ 1919 ਮੇਰੀ ਮਾਂ ਜਿਹੜੀ ਆ ਉਹ 100 ਸਾਲ ਤੋਂ ਉੱਤੇ ਹੋ ਕੇ ਮਰੀ ਆ। ਸੋ ਇਹ ਖਾਨਦਾਨੀ ਵੀ ਇੱਕ ਬੰਦੇ 'ਚ ਜੀਨਸ ਵੀ ਹੁੰਦੇ? ਨਹੀਂ ਮੇਰਾ ਖਿਆਲ ਆ ਕਿ ਇਹ ਸਾਦਗੀ ਖੁਰਾਕ ਦੀ ਜਿਹੜੀ ਹੈ ਨਾ ਇਹ ਵੱਡੀ ਗੱਲ ਆ। ਹੁਣ ਹੁਣ ਜੇ ਲਿਖਣ ਪੜ੍ਹਨ ਦੀ ਕਿਰਿਆ ਆ ਜਾਈਏ, ਅਕਸਰ ਸਰਕਾਰ 62 ਸਾਲ ਦੇ ਬੰਦੇ ਨੂੰ ਰਿਟਾਇਰ ਕਰ ਦਿੰਦੀ ਹੈ ਜੀ, ਹੁਣ ਵੱਧ 65 ਕਰਤਾ, ਅਤੇ ਆਮ ਹੀ ਸਾਡੇ ਘਰਾਂ 'ਚ ਬਜ਼ੁਰਗ ਵੈਸੇ ਗੱਲ ਕਰੀਏ ਤਾਂ 70-80 ਸਾਲ ਦੇ ਕਹਿੰਦੇ ਹੁਣ ਕਿੱਥੇ ਸੋਝੀ। ਨਹੀਂ ਇੱਕ ਗੱਲ ਜਿਹੜੀ ਰਹਿ ਗਈ ਆਪਣੀ ਕਰਨ 'ਚ ਜੀ ਜੀ, ਉਹ ਇਹ ਹੈ ਕਿ ਡਾਕਟਰ ਜਸਵੰਤ ਗਿੱਲ ਜੀ ਜੀ ਮੇਰੇ ਨਾਲ ਪਹਿਲਾਂ ਲੜੀ ਜੀ, ਰਾਤ ਬਾਕੀ ਹੈ ਨਾਵਲ ਪੜ੍ਹ ਕੇ ਉਸਨੇ ਮੈਨੂੰ ਚਿੱਠੀ ਲਿਖੀ ਜੀ ਵੀ ਤੂੰ ਇੱਕ ਕੁੜੀ ਨੂੰ, ਜਵਾਨ ਕੁੜੀ ਨੂੰ, ਜਜ਼ਬਾਤੀ ਜਿਹੜੀ ਮੈਡੀਕਲ 'ਚ ਪੜ੍ਹਦੀ ਸੀ ਤੂੰ ਉਹਨੂੰ ਰੋਲ ਕੇ ਮਾਰਤਾ ਜੀ TAP TV ਦੇ। ਮੈਂ ਕਿਹਾ ਉਹ ਨਾਵਲ ਮਜ਼ਾਰਾ ਲਹਿਰ 'ਤੇ ਹੈ ਜੀ, ਇਸ ਕਰਕੇ ਮੈਨੂੰ ਮਜ਼ਾਰਾ ਲਹਿਰ ਦੇ ਅਨੁਸਾਰ ਉਹ ਤੁਰਨਾ ਪੈਣਾ ਸੀ, ਅਤੇ ਜਿਹੜਾ ਜਗੀਰਦਾਰਾਂ ਨਾਲ ਜੁੜਿਆ ਉਹਦੇ ਨੂੰ ਉਹਨੂੰ ਟ੍ਰੈਜਡੀ ਵਾਪਰਨੀ ਸੀ। ਉਹ ਮੰਨੀ ਨਾ, 2-3 ਚਿੱਠੀਆਂ ਸਾਡੀਆਂ ਲੜਾਈ ਵਰਗੀਆਂ ਚੱਲੀਆਂ, ਫਿਰ ਉਹ ਮੈਨੂੰ ਦਿੱਲੀ ਮਿਲ ਪਈ ਜੀ। ਉਹਦਾ ਭਰਾ DC ਲੱਗਿਆ ਸੀ, ਉਹ ਬਿਮਾਰ ਹੋ ਕੇ ਦਿੱਲੀ ਆ ਗਿਆ, ਉਹਦੀ ਖਬਰ ਨੂੰ ਉੱਥੇ IVC ਉਹਨੂੰ ਪਤਾ ਲੱਗਾ ਮੈਂ ਇੱਥੇ ਆਇਆ, ਉਹ ਆਦੀ ਮੈਂ ਮਿਲਣਾ ਉਹਨੂੰ ਜੀ। ਉਹ ਹੁਣ ਮੈਂ ਉਹਨੂੰ ਕਿਹਾ ਵੀ ਅਸੀਂ ਮਿਲੇ ਉੱਥੇ ਜੀ, ਅਸੀਂ ਮਿਲੇ ਬਿਲਕੁਲ ਲਾਲ ਕਿਲੇ ਦੇ ਸਾਹਮਣੇ ਦੁਕਾਨ ਹੈ ਉਸ ਦੋਸਤ ਦੀ, ਮੇਰੀ ਰਾਤ ਬਾਕੀ ਹੈ ਨਾਵਲ ਉਹਨੂੰ ਪੜ੍ਹਨ ਨੂੰ ਦਿੱਤਾ ਸੀ, ਕੁੜੀ ਨੂੰ ਪ੍ਰੇਰਿਆ ਸੀ ਉਹਨੂੰ ਪੜ੍ਹਨ ਨੂੰ, ਵੀ ਆਹ ਨਾਵਲ ਪੜ੍ਹਨ ਵਾਲਾ। ਉਹ ਅੰਗਰੇਜ਼ੀ ਦੇ ਨਾਵਲ ਪੜ੍ਹਦੀ ਸੀ, ਉਹਨੇ ਪੜ੍ਹ ਕੇ ਫਿਰ ਪ੍ਰਭਾਵਿਤ ਤਾਂ ਹੋਈ, ਉਹ ਚਿੱਠੀ ਲਿਖੀ ਪ੍ਰਭਾਵਿਤ ਹੋਈ ਕਿ ਫਿਰ ਅਸੀਂ ਪਹਿਲੀ ਮਿਲਣੀ ਸੀ ਉੱਥੇ, ਤਕਰਾਰ ਪਿਆਰ 'ਚ ਬਦਲ ਗਿਆ, ਪਿਆਰ ਬਦਲ ਗਿਆ। ਪਹਿਲਾਂ ਵਾਕਫੀ 'ਚ ਉਹਨੇ 1.5 ਸਾਲ ਮੈਨੂੰ ਪ੍ਰਤਿਆਈ ਰੱਖਿਆ ਜੀ, ਮਿਲਦੀ ਰਹੀ, ਫਿਰ 1.5 ਸਾਲ ਬਾਅਦ ਹੁਣ ਉਹਨੇ ਵੇਖ ਕੇ ਵੀ ਘਰ ਬਾਰ ਹੋਇਆ, ਬੱਚਿਆਂ ਵਾਲਾ ਵੀ ਹੈ, ਫਿਰ ਮੇਰੇ ਨਾਲ ਜੁੜ ਗਈ, ਮੈਨੂੰ ਇੱਕ ਗੁਰਦੁਆਰੇ ਲੈ ਗਈ, ਗੁਰਦੁਆਰੇ ਲਿਜਾ ਕੇ ਆਦੀ ਟੇਕ ਮੱਥਾ ਬਰਾਬਰ। ਮੈਂ ਕਿਹਾ ਤੈਨੂੰ ਪਤਾ ਮੈਂ ਵਿਆਹ ਬੱਚਿਆਂ ਵਾਲਾ, ਉਹਦੀ ਮੈਨੂੰ ਪਤਾ, ਮੈਂ ਵੇਖ ਲਿਆ ਮੈਂ ਬੱਚੇ ਨਹੀਂ ਚਾਹੁੰਦੀ, ਮੈਂ ਤੇਰੀ ਸੂਝ ਨਾਲ ਜੁੜੀ ਹਾਂ, ਤੇਰੇ ਪਿੰਡੇ ਨਾਲ ਨਹੀਂ ਜੁੜੀ, ਵੀ ਜਾਂ ਤਾਂ ਮੱਥਾ ਟੇਕ, ਅੱਜ ਨਹੀਂ ਅੱਜ ਆਪਣੀ ਬਣ ਜੂ, ਨਹੀਂ ਆਪਣੀ ਟੁੱਟ ਜੂ ਜੀ।
ਉਹ ਹੁਣ ਇੰਨੀ ਸਿਆਣੀ ਜਨਾਨੀ ਮੈਨੂੰ ਮਿਲੀ ਨਹੀਂ ਸੀ ਸਾਰੀ ਜ਼ਿੰਦਗੀ। ਮੈਂ ਮੱਥਾ ਟੇਕਤਾ, ਹੌਲੀ ਹੌਲੀ ਫਿਰ ਆ ਗਈ, ਫਿਰ ਉਹ ਘਰ ਆਈ। ਮੇਰੀ ਜਨਾਨੀ ਬਿਮਾਰ ਸੀ, ਉਹਨੂੰ ਤਕੜਿਆਂ ਕੀਤਾ ਅਤੇ ਉਹਨਾਂ ਦੀ ਦੋਸਤੀ ਬਣ ਗਈ। ਮੈਂ ਕਿਹਾ ਇਹ ਵੀ ਸ਼ੁਕਰ ਆ ਜੀ, ਉਹਨਾਂ ਦੀ ਦੋਸਤੀ। ਫਿਰ ਉਹ ਭੈਣਾਂ ਵਰਗੀ ਗੱਲ ਹੋਈ। ਮੇਰਾ ਖਿਆਲ ਵੀ ਇਹੋ ਜਿਹੀ ਮਿਸਾਲ ਸਾਰੀ ਜ਼ਿੰਦਗੀ ਕਿਸੇ 'ਚ ਨਹੀਂ ਬਣੀ ਹੋਈ ਕਿ ਜਿਹਨੇ ਇਹ ਦੋਏ ਉਹ ਇਕੱਠੀਆਂ ਹੋ ਗਈਆਂ, ਉਹ ਇਕੱਠੀ ਜਾਇਆ, ਉਹ ਕਿਸੇ ਦੇ ਘਰ ਨਹੀਂ ਸੀ ਜਾਂਦੀ, ਆਹ ਘਰ ਉਹਦੇ ਵਾਸਤੇ ਪਾਇਆ ਸੀ। ਉਹ ਆ ਜੀ ਵੀ ਮੇਰੀ ਕੋਠੀ ਹੈ ਚੰਡੀਗੜ੍ਹ, ਇੱਥੇ ਆ ਜਾ। ਮੈਂ ਬਾਲ ਬੱਚਣ ਛੱਡ ਕੇ ਨਹੀਂ ਆਉਣ ਸਕਦਾ, ਮੈਨੂੰ ਲੋਕ ਕੀ ਆਖਣਗੇ? ਹੁਣ ਤਾਂ ਹੀ ਮੈਂ ਜੋ ਲਿਖਿਆ ਹੈ ਉਹ ਤਾਂ ਸਾਰਾ ਇੱਥੇ ਹੋ ਜੂ ਕਰਨੀ ਤਾਂ ਕਹਿਣ। ਉਹ ਆ ਜੀ ਫਿਰ ਸਾਂਝੇ ਘਰ 'ਚ ਤਾਂ ਮੈਂ ਵੀ ਨਹੀਂ ਰਹਿ ਸਕਦੀ। ਮੈਂ ਕਿਹਾ ਤੈਨੂੰ ਘਰ ਪਾ ਦਿੰਦਾ ਹੈ, ਫਿਰ ਉਹਨੂੰ ਆਹ ਘਰ ਪਾ ਕੇ ਦਿੱਤਾ। ਸੋ ਮੈਨੂੰ ਲੱਗਦਾ 40-42 ਸਾਲ ਤੁਹਾਡਾ ਸਾਥ ਨਿਭਿਆ ਉਹਨਾਂ ਨਾਲ। ਹਾਰ ਵੀ ਨਿਭਿਆ। ਸੋ ਅੱਜ ਵੀ ਕਿਤੇ ਨਾ ਕਿਤੇ ਜ਼ਹਿਨ 'ਚ ਮਿਸ ਕਰਦੇ? ਜ਼ਹਿਨ 'ਚ ਅਜੇ ਉਹਨੂੰ ਮੈਂ ਛੱਡ ਹੀ ਨਹੀਂ ਸਕਦਾ। ਹੁਣ ਕਿਤਾਬ ਜਿਹੜੀ ਆ ਉਹ ਅੱਧੇ ਬਹੁਤੀ ਉਹਦੇ 'ਤੇ ਹੀ ਆ ਜਿਹੜੀ ਹੁਣ ਮੇਰੀ ਛਪ ਰਹੀ ਆ ਜੀ। ਸੋ ਇਹੀ ਸਵਾਲ ਸੀ ਆਪਣਾ ਲਿਖਣ ਕਿਰਿਆ ਦਾ ਵੀ ਇਸ ਉਮਰ ਦੇ ਮੋੜ 'ਤੇ ਵੀ ਆ ਕੇ ਤੁਸੀਂ ਹੁਣ ਕਿੰਨਾ ਟਾਈਮ ਦੇ ਰਹੇ ਹੋ ਲਿਖਣ ਕਿਰਿਆ? ਉਹਨੂੰ ਮੈਂ ਲਿਖਣ ਲਾਇਆ, ਉਹਨੇ 22-23 ਕਿਤਾਬਾਂ ਲਿਖੀਆਂ, ਸਾਰੇ ਇਨਾਮ ਉਹਨੂੰ ਮਿਲੇ ਜੀ। ਉਹ ਫਿਰ ਮੂਲ ਪੰਜਾਬੀ ਭਾਸ਼ਾ 'ਚ ਲਿਖਦੇ ਰਹੇ? ਪੰਜਾਬੀ ਭਾਸ਼ਾ 'ਚ ਲਿਖਣਾ ਸੀ, ਉਹ ਬਹੁਤ ਅੱਛੀਆਂ ਚਿੱਠੀਆਂ ਲਿਖਦੀ ਸੀ। ਮੈਂ ਤੇਰੀਆਂ ਚਿੱਠੀਆਂ ਬੜੀਆਂ ਵਧੀਆ, ਅਤੇ ਤੂੰ ਰੋਗਾਂ ਉੱਤੇ ਕਿਤਾਬ ਕਿਉਂ ਨਹੀਂ ਲਿਖਦੀ? ਉਹ ਕਿਤਾਬ ਉਹਦੇ ਪਹਿਲੇ 2 ਆਰਟੀਕਲ ਜਿਹੜੇ ਮੈਂ ਠੀਕ ਕੀਤੇ ਉਹ ਪ੍ਰੀਤਲੜੀ 'ਚ ਛਪ ਗਏ। ਫਿਰ ਚੱਲ ਸੋ ਚੱਲ ਉਹ ਮੇਰੇ ਨਾਲ ਵੀ ਗਾਹ ਨਾ ਗਈ ਇਮਨਾਮਾਂ 'ਚ ਜੀ ਜੀ ਜੀ। ਸੋ ਅੱਜ ਹੁਣ ਕਿੰਨਾ ਟਾਈਮ ਤੁਸੀਂ ਹੁਣ ਵੀ ਜਿਹੜਾ ਲਿਖਣ ਕਿਰਿਆ ਨੂੰ ਦਿੰਦੇ ਹੋ? ਹੁਣ ਮੈਂ 4-5 ਕੁ ਦਿਨ ਹੋਏ, 6 ਦਿਨ ਮੈਂ ਉਹ ਆਪਣਾ ਖਰੜਾ ਉਹਨੂੰ ਦੇ ਦਿੱਤਾ ਹੈ ਜੀ, ਛਪ ਰਿਹਾ। ਮੇਰਾ ਖਿਆਲ ਹੈ ਉਹ ਮਾਰਚ ਅੱਧ ਮਾਰਚ ਤੱਕ ਕਿਤਾਬ ਬਾਹਰ ਆ ਜਾਏਗੀ। ਜ਼ਿੰਦਗੀ ਦੇ ਇਸ ਮੋੜ 'ਤੇ ਆਪਾਂ ਹੁਣ ਅਖੀਰ 'ਚ ਜੋ ਗੱਲਾਂ ਕਰੀਏ ਤਾਂ ਜ਼ਿੰਦਗੀ ਦੇ ਇਸ ਮੋੜ 'ਤੇ ਹਜੇ ਵੀ ਜਸਵੰਤ ਕੰਵਲ ਦੀ ਕੋਈ ਅਧੂਰੀ ਇੱਛਾ? ਮੇਰੀ ਇੱਛਾ ਤਾਂ ਇਹ ਸੀ ਕਿ ਇੱਕ ਰਾਜਸੀ ਤੌਰ ਦੇ ਉੱਤੇ ਕਾਂਗਰਸ ਨੂੰ ਮਾਰਨ ਵਾਲੀ ਅਤੇ ਅਕਾਲੀਆਂ ਨੂੰ ਮਾਰਨ ਵਾਲੀ ਸੰਸਥਾ ਖੜ੍ਹੀ ਹੋ ਜਾਂਦੀ ਜੀ, ਅਤੇ ਪੰਜਾਬ ਬਚ ਰਹਿੰਦਾ ਨਹੀਂ, ਪੰਜਾਬ ਨਹੀਂ ਬਚਦਾ। ਸੋ ਮੇਰੇ ਸਾਹਮਣੇ ਇਹ ਵੱਡੀ ਪ੍ਰੋਬਲਮ ਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਹਾਡੀਆਂ ਇਹਨਾਂ ਗੱਲਾਂ ਤੋਂ ਕੁਛ ਨਾ ਕੁਛ ਗ੍ਰਹਿਣ ਕਰੀਏ, ਅਤੇ ਸਾਡਾ ਯੂਥ ਵੀ ਦੇਖਣ ਵਾਲਾ ਗ੍ਰਹਿਣ ਕਰੇ, ਅਤੇ ਉਹ ਕੋਸ਼ਿਸ਼ ਕਰੇ ਵੀ ਕੋਈ ਪੰਜਾਬ ਬਚਾਉਣ ਦੀ। ਆਪਦੇ ਲਈ ਹਰੇਕ ਸੋਚਦਾ, ਪਰ ਦੇਸ਼ ਮੁਲਕ ਲਈ ਕੌਮ ਲਈ ਜਿਹੜਾ ਸੋਚਦਾ ਉਹ ਵੱਡੀ ਸੋਚ ਮੰਨੀ। ਮੈਂ ਤਾਂ ਇਹਦੇ ਲਈ ਹੁਣ ਗਿਆ ਵੀ ਸਰੀਰ ਲਾਉਣ ਨੂੰ ਵੀ ਤਿਆਰ ਹਾਂ, ਜੇ ਕੋਈ ਗੱਲ ਐਸੀ ਨਹੀਂ ਹੈਗੀ ਤਾਂ। ਜਿਹੜਾ ਵੀ ਕੋਈ ਮੈਨੂੰ ਕੋਈ ਬੰਦਾ ਮਿਲਦਾ ਹੈ ਨਾ, ਅਸਲ ਗੱਲ ਇਹ ਹੈ ਲੇਖਕ ਹੋਣਾ ਸੁਖਾਲਾ ਹੈ, ਲੇਖਣ ਦਾ ਲੋਕਾਂ ਨਾਲ ਜੁੜੇ ਹੋਣਾ ਔਖਾ ਹੈ, ਲੋਕ ਲੇਖਣ ਹੋਣਾ ਔਖਾ। ਉਹ ਗੱਲ ਇਹ ਹੈ ਕਈ ਵਾਰੀ ਘਰੋਂ ਕੀ ਪ੍ਰੋਬਲਮ ਆ ਜਾਂਦੀ ਹੈ, ਕਈ ਜਿਹੜੇ ਘਰੋਂ ਭੁੱਖੇ ਹੁੰਦੇ ਆ ਉਹ ਫਿਰ ਲਾਲਚ ਵਿੱਚ ਆ ਜਾਂਦੇ ਆ। ਮੇਰੇ ਕੋਲ 10 ਏਕੜ ਜ਼ਮੀਨ ਸੀਗੀ, ਮੈਨੂੰ ਉਹ ਬਚਾ ਗਈ। ਜੇ ਮੈਨੂੰ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਥਿੜਕ ਜਾਂਦਾ। ਮੈਂ ਪੈਰਾਂ ਸਿਰ ਖੜ੍ਹਾ ਰਿਹਾ ਔਰ ਸੱਚ ਜਿਹੜਾ ਸੀ ਉਹ ਮੇਰਾ ਸਹਾਰਾ ਹੀ ਹੁੰਦਾ ਰਿਹਾ ਜੀ। ਸੋ ਉਮੀਦ ਕਰਦੇ ਹਾਂ ਜੀ ਹਜੇ ਅਸੀਂ ਦੇਖਣਾ ਚਾਹਾਂਗੇ ਤੁਹਾਡੇ ਜਿਹੜੀ ਸੈਂਚਰੀ ਉਮਰ ਦੀ, ਅਸੀਂ ਖੁਦ ਆ ਕੇ ਮਨਾਉਣੀ ਚਾਹਾਂਗੇ ਇੱਥੇ। ਅਤੇ ਹਜੇ ਤੁਹਾਡੀ ਵੈਸੇ ਇਹ ਗੱਲ ਦੂਰ ਦੀ ਆ? ਨਹੀਂ ਨਹੀਂ ਦੂਰ ਨਹੀਂ ਆ ਜੀ, ਨੇੜੇ ਲਾ ਲਿਆ ਕੰਮ, 4 ਸਾਲ ਹੀ ਆ। ਅਤੇ ਅਸੀਂ ਚਾਹਾਂਗੇ ਵੀ ਅਸੀਂ ਇਸ ਸੈਂਚਰੀ ਦੇ ਇੱਕ ਜਸ਼ਨ ਇਸ ਰੂਪ 'ਚ ਮਨਾਈਏ ਵੀ ਉਦੋਂ ਨੂੰ ਪੰਜਾਬ ਵੀ ਬਚਦਾ ਦਿਖਾਈ ਦੇਵੇ, ਅਤੇ ਕੋਈ ਚੰਗੇ ਅਤੇ ਵਧੀਆ ਹੱਥਾਂ 'ਚ ਪੰਜਾਬ ਦਾ ਉਹ ਟਾਈਮ ਹੋਵੇ। ਅਤੇ ਮੈਂ ਤਾਂ ਕਹਿੰਦਾ ਕਿ ਜਿਹੜੇ ਨਵੀਂ ਰਾਜਸੀ ਪਾਰਟੀ ਵਾਲੇ ਆ ਜੀ, ਜੇ ਇਮਾਨਦਾਰੀ ਨਾਲ ਅੱਗੇ ਆਉਣ ਅਤੇ ਅਸੀਂ ਉਹਨਾਂ ਨੂੰ ਸਕੂਲਿੰਗ ਦੇ ਕੇ ਰਾਜਸੀ ਤੌਰ 'ਤੇ ਬਈ ਕੌਮ ਕਿੱਥੇ ਖੜ੍ਹੀ ਹੈ, ਦੇਸ਼ ਕਿੱਥੇ ਖੜ੍ਹਾ, ਲੋਕਾਂ ਦੇ ਸਿਰ ਕਿੱਥੇ ਖੜ੍ਹੇ ਆ। ਸਾਨੂੰ ਤਾਂ ਸਾਰੇ ਸਾਧ ਹੀ ਖਾਈ ਜਾਂਦੇ ਪੰਜਾਬ ਨੂੰ ਜੀ, ਬਿਲਕੁਲ ਵੱਡੀ ਗੱਲ ਆ। ਸਾਰਿਆਂ ਨੂੰ ਵੱਡੀ ਪ੍ਰੋਬਲਮ ਇਹ ਹੈ, ਉਹਨਾਂ ਨੂੰ ਉਹਨਾਂ ਤੋਂ ਤੋੜਨਾ ਚਾਹੀਦਾ ਜੀ ਜੀ। ਇਹ ਹੁਣ ਸਾਧਾਂ ਦੀ ਵੀ ਗੱਲ ਆਈ ਹੈ ਤਾਂ ਇੱਕ ਇਹ ਵੀ ਗੱਲ ਕਰ ਲਈਏ ਜੀ, ਡੇਰਾਵਾਦ ਆ ਜਿਹੜਾ, ਡੇਰਾਵਾਦ ਫੈਲਿਆ, ਇਹ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਸਾਹਮਣੇ ਫੈਲਿਆ, ਕਿਉਂਕਿ ਅਸੀਂ ਤਾਂ ਅਜੇ ਇਹ ਇਸ ਸਦੀ ਦੇ ਅਖੀਰ 'ਚ ਖਤਮ ਹੋ ਜਾਊਗਾ ਐਡੀ ਛੇਤੀ ਨਹੀਂ ਜੀ, ਕਿਉਂਕਿ ਡੇਰਾਵਾਦ ਫੇਲ ਹੋਏਗਾ ਕਿ ਇਹਨੇ ਕੀ ਕੀਤਾ ਜੀ। ਸਾਇੰਸ ਦੀ ਜਿਹੜਾ ਚਾਨਣ ਹੈ ਇਹ ਆਪਣਾ ਆਪ ਲੈ ਕੇ, ਆਪਣਾ ਪ੍ਰਭਾਵ ਲੈ ਕੇ ਲੋਕਾਂ 'ਚ ਅੱਗੇ ਆਏਗਾ। ਅੱਗੇ ਨਾਲੋਂ ਹੁਣ ਅੱਗੇ ਨਾਲੋਂ ਸਾਇੰਸ ਦਿਨੋਂ ਦਿਨ ਵੱਧ ਰਹੀ ਹੈ, ਮੁੰਡੇ ਜਿਹੜੇ ਨੌਜਵਾਨੀ ਜਿਹੜੀ ਹੈ
ਉਹ ਸੰਤੁਸ਼ਟ ਨਹੀਂ ਇਸ ਲੀਡਰਸ਼ਿਪ ਤੋਂ, ਉਹ ਸੰਤੁਸ਼ਟ ਨਹੀਂ ਬਾਬਿਆਂ ਤੋਂ, ਉਹ ਸੰਤਾਂ ਮਹੰਤਾਂ ਤੋਂ ਨਹੀਂ ਸੰਤੁਸ਼ਟ, ਕਿਉਂਕਿ ਉਹਨਾਂ ਨੂੰ ਸਾਇੰਸ ਦੀ ਲੋਅ ਨੇ ਸਿਆਣਾ ਕਰਤਾ ਜੀ। ਜਿਹੜੀਆਂ ਆਸ਼ੀਰਵਾਦਾਂ ਦਿੰਦੇ ਆ ਨਾ ਸੰਤ, ਇਹ ਸਾਰੀਆਂ ਫੋਕੀਆਂ ਨੇ। ਮੈਂ ਵਿਦਾਂਤ ਵੀ ਪੜ੍ਹਿਆ, ਸੰਤਾਂ ਤੋਂ ਹੀ ਪੜ੍ਹਿਆ, ਸਾਧ ਤੋਂ ਹੀ ਪੜ੍ਹਿਆ ਮੈਂ ਉਹਦੇ ਨਾਲ। ਆਹ ਜਦੋਂ ਆਹ ਪੁਹਾਈ ਉਹਦਾ, ਇਹ ਤੁਹਾਡਾ ਹੋਰ ਰਾਹ, ਸਾਡਾ ਇਹ ਹੋਰ ਰਾਹ, ਉਹ ਇਸ ਗੱਲ ਕਰਕੇ ਛੁੱਟ ਗਿਆ। ਸੋ ਬਾਪੂ ਜੀ, ਗੱਲਬਾਤ ਚੱਲ ਰਹੀ ਸੀ ਆਪਣੀ ਆਪਦੇ ਬਾਰੇ, ਸਾਹਿਤ ਬਾਰੇ, ਸਮਾਜ ਬਾਰੇ, ਸਿਆਸਤ ਬਾਰੇ, ਪਰ ਹੁਣ ਇੱਕ ਹੋਰ ਪੱਖ, ਅਕਸਰੀ ਜਿਹੜੀਆਂ ਲੇਖਕ ਹੁੰਦੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਯੂਜ਼ ਅਤੇ ਮਿਸਯੂਜ਼ ਵੀ ਕੀਤਾ ਜਾਂਦਾ, ਅਤੇ ਨਾਲ ਨਾਲ ਕਈ ਵਾਰੀ ਰਚਨਾਵਾਂ ਨੂੰ ਕੋਈ ਬੰਦਾ ਹੋਰ ਅਮਰ ਵੀ ਕਰ ਦਿੰਦੇ ਆ, ਕਈ ਵਾਰੀ ਇਹੋ ਜਿਹਾ ਵੀ ਦੌਰ ਆਉਂਦਾ। ਸੋ ਖਾਸ ਕਰਕੇ ਕੱਲ੍ਹ ਇਹੋ ਲੋਕ ਹੁੰਦੇ ਆ ਜਿਹੜੇ ਫਿਲਮੀ ਲੋਕ ਹੁੰਦੇ ਆ ਜਾਂ ਕੋਈ ਲਾਈਮਲਾਈਟ ਦੀ ਦੁਨੀਆ ਵਾਲੇ ਹੁੰਦੇ ਆ, ਉਹਨਾਂ ਨੂੰ ਕੋਈ ਚੀਜ਼ ਤੁਹਾਡੀ ਕਹਾਣੀ, ਕੋਈ ਨਾਵਲ ਚੰਗਾ ਲੱਗਾ, ਉਹਦੇ 'ਤੇ ਕੁਛ ਨਾ ਕੁਛ ਵਰਕਆਊਟ ਹੁੰਦਾ, ਤਾਂ ਤੁਸੀਂ ਵੀ ਇਹਨਾਂ ਚੀਜ਼ਾਂ ਤੋਂ ਬਚੇ ਨਹੀਂ ਰਹੇ? ਮੈਂ, ਮੇਰੇ ਕੋਲ ਆਉਂਦੇ ਰਹੇ ਫਿਲਮੀ ਬੰਦੇ ਵੀ ਜੀ, ਅਤੇ ਮੇਰਾ ਖਿਆਲ ਆ ਉਹਨਾਂ ਨੂੰ, ਮੈਨੂੰ ਕੁਛ ਮੇਰੀਆਂ ਲਈਆਂ ਵੀ ਹੈ ਕਈਆਂ ਨੇ ਇੱਕ ਦੋ, ਪਰ ਉਹ ਗੱਲ ਜਿਸ ਤਰ੍ਹਾਂ ਬਣਨੀ ਚਾਹੀਦੀ ਸੀਗੀ ਉਸ ਤਰ੍ਹਾਂ ਬਣੀ ਨਹੀਂ। ਜਿਹੜੇ ਜੈਨ ਤੁਹਾਡੇ ਨਾਲ ਲਿਖੀ ਗਈ ਸੀ ਉਹ ਗੱਲ ਉਵੇਂ ਉਹ ਪੇਸ਼, ਉਸ ਤਰ੍ਹਾਂ ਉਹ ਪੇਸ਼ ਨਹੀਂ, ਉਹ ਪੇਸ਼ ਕਰਦੇ ਆ ਕਿ ਸਾਡੀ ਚੀਜ਼ ਕਾਮਯਾਬ ਕਿਵੇਂ ਹੋ ਸਕਦੀ ਹੈ, ਅਸੀਂ ਕਮਰਸ਼ਲ ਤੌਰ 'ਤੇ ਅਸੀਂ ਪੈਸੇ ਕਿਵੇਂ ਕਮਾ ਸਕਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਚੀਜ਼ ਜਾਵੇ ਮਨੁੱਖ ਦੇ ਅੰਦਰ, ਅਤੇ ਉਹ ਮਨੁੱਖੀ ਤਰੱਕੀ ਲਈ ਇਹ ਜਾਵੇ, ਮਨੁੱਖ ਉੱਠ ਸਕੇ ਔਰ ਸਮਾਜੀ ਤੌਰ 'ਤੇ ਉਹਦਾ ਜਿਹੜਾ ਪੱਖ ਹੈ ਉਹ ਚੰਗਾ ਬਣੇ, ਜਿਹੜੀਆਂ ਭਾਵਨਾਵਾਂ ਉਹ ਲਿਖੀ ਗਈ ਸੀ, ਹਾਂ ਉਹ ਹੋਵੇ, ਉਹ ਜ਼ਿਆਦਾ ਇਨਸਾਫ। ਖਾਸ ਕਰਕੇ ਤੁਹਾਡੇ ਪੂਰਨਮਾਸ਼ੀ ਨਾਵਲ ਦੇ ਉੱਤੇ ਪਿੱਛੇ ਜੇ ਫਿਲਮ ਬਣੀ, ਅਤੇ ਉਹ ਪਹਿਲਾਂ ਕਿਹਾ ਵੀ ਉਹਦੇ 'ਤੇ ਵਧਾਰਤਾ, ਫਿਰ ਉਹਨੂੰ ਕੋਈ ਗੱਲ ਵੀ ਨਹੀਂ ਹੋਈ, ਕਾਫੀ ਜਿਹੜੀ ਆਮ ਲੋਕਾਂ 'ਚ ਹੈ ਤੁਹਾਡੇ ਕੰਨੀ ਅਸੀਂ ਕੋਈ ਸ਼ਬਦ, ਮੈਨੂੰ ਸਾਰੇ ਚੁੱਕ ਰਹੇ ਕਿ ਤੂੰ ਇਹਦੇ 'ਤੇ ਦਾਅਵਾ ਕਰ, ਸ਼ਰਮ, ਮੈਂ ਨਹੀਂ ਕਰਨਾ, ਜੇ ਕਰਦੇ ਤਾਂ ਕਰ ਲੈਣ, ਕੋਈ ਐਸੀ ਗੱਲ ਨਹੀਂ। ਇਹੀ ਇੱਕ ਬਹੁਤ ਵੱਡੀ ਤੁਹਾਡੀ ਮਹਾਨ, ਮੈਂ ਨਹੀਂ ਮੈਂ ਫੇਰ ਕਰਨਾ ਨਹੀਂ। ਅਸੀਂ ਦੇਖਿਆ ਵੀ ਸਾਡੀ ਵੀ ਇਹ ਸੋਚ ਹੁੰਦੀ ਆ, ਅਸੀਂ ਉਸੇ ਗੱਲ ਨੂੰ ਅੱਗੇ ਤੋਰੀਏ ਜੀ 'ਚ ਕੋਈ ਗੱਲ ਹੋਵੇ, ਲੋਕਾਂ ਨੇ ਇਹ ਗੱਲ ਨੂੰ ਚੱਕਿਆ, ਪਰ ਤੁਹਾਡੇ ਮੂੰਹੋਂ ਕਦੇ ਵੀ ਅਸੀਂ ਇੱਕ ਸ਼ਬਦ ਨਹੀਂ ਸੁਣਿਆ ਵੀ ਭਾਈ ਇਹ ਚੀਜ਼ ਇੱਦਾਂ ਨਹੀਂ ਹੋਣੀ। ਮੈਂ ਨਹੀਂ ਕਰਦਾ ਇਹ ਗੱਲ। ਸੋ ਇੱਕ ਹੋਰ ਜਿਹੜੀ ਨੋਰਮਲ ਲੋਕ ਫਿਰ ਉਹੀ ਗੱਲ ਆ ਜਾਂਦੀ ਆ, ਕੰਟਰੋਵਰਸੀ 'ਚ ਪਾਉਣੀ ਚਾਹੁੰਦੇ ਆ ਗੱਲ, ਜਾਂ ਕੁਝ ਕੁ ਲੋਕ ਨਾਮ ਅਗਰ ਜੋੜਦੇ ਆ, ਜੇ ਮੇਰੇ ਵਰਗਾ ਗੱਲ ਕੋਈ ਕਰਦਾ ਤਾਂ ਉਹਨੂੰ ਕਹਿਣਗੇ ਕਾਮਰੇਡੀ ਆ, ਜੇ ਥੋੜ੍ਹਾ ਜਿਹਾ ਦੂਜਾ ਕਹਿੰਦੇ ਸਿੱਖਇਜ਼ਮ 'ਚ ਆ, ਇਨਸਾਨ ਹੋ ਕੇ ਗੱਲ ਕਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦਾ ਅਤੇ ਉਹਨੂੰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ, ਇੱਕੋ ਗੱਲ ਕਹਿੰਦੇ ਆ ਵੀ ਇਹਨੂੰ ਕਿੱਧਰ ਜੋੜਿਆ ਜਾਵੇ। ਤੁਹਾਡਾ ਨਾਮ ਵੀ ਵੇਲੇ ਵੇਲੇ ਸਿਰ ਵੱਖਰੇ ਵੱਖਰੀਆਂ ਧਿਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਕਿਵੇਂ ਲੱਗਿਆ ਇਹ? ਮੈਨੂੰ ਨਹੀਂ, ਮੈਂ ਚੰਗਾ ਨਹੀਂ ਲੱਗਿਆ, ਲੇਕਿਨ ਮੈਂ ਇਹ ਹੈ ਵੀ ਇਨਸਾਨੀਅਤ ਦਾ ਪੱਖ ਜਿਹੜਾ ਨਾ, ਮਨੁੱਖਤਾ ਦਾ ਜਿਹੜਾ ਪੱਖ ਹੈ, ਮੈਂ ਉਹਦੇ 'ਤੇ ਖੜਾ। ਜੀ ਜੀ ਜੀ, ਉਹ ਤੁਹਾਡੀਆਂ ਕਿਰਤਾਂ ਹੀ ਦੱਸਦੀ। ਹਾਂ, ਉਹ ਨਾ ਜਿੱਥੇ ਕੋਈ ਗੁਣ ਕਿਤੋਂ ਵੀ ਮਿਲਦਾ ਜੀ, ਚਾਹੇ ਛੋਟੀ ਜਾਤੀ ਤੋਂ ਮਿਲਦਾ ਚਾਹੇ ਵੱਡੀ ਤੋਂ ਮਿਲਦਾ, ਤੁਸੀਂ ਗੁਣ ਲਓ ਉਹਦਾ, ਅਤੇ ਤੁਸੀਂ ਉਹਦੀ ਜਾਤ ਨੂੰ ਕਿਉਂ ਪਿੱਛਾ ਅੱਗੇ ਪਿੱਛੇ ਕਰਦੇ ਹੋ? ਜਾਤੀ ਤਾਂ ਇੱਕ ਮਨੁੱਖ ਦੀ, ਸਾਰਿਆਂ ਦੀ ਇੱਕ ਵਰਗੀ ਹੈ। ਬਿਲਕੁਲ ਜੀ, ਇਨਸਾਨੀਅਤ। ਸੋ ਬਹੁਤ ਤੁਹਾਡਾ ਟਾਈਮ ਲਿਆ ਬਾਪੂ ਜੀ, ਤੁਸੀਂ ਅੱਜ ਇਸ ਵਧੀਆ ਸਾਡੇ ਲਈ ਦਿਨ ਸੁਹਾਗਾ ਹੋ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ। ਮੈਂ ਤਾਂ ਕਹਿੰਦਾ ਫਿਰ ਵੀ ਆਓ ਜ਼ਰੂਰ, ਅਸੀਂ ਹੁਣ ਤੁਹਾਡੇ ਨਾਲ ਵਾਅਦਾ ਤਾਂ ਕਰ ਲਿਆ ਜੀ, ਸ਼ਤਾਬਦੀ ਮਨਾਉਣ ਆਵਾਂਗੇ ਤੁਹਾਡੀ। ਸੋ ਚਲੋ ਜੀ, ਇਸੇ ਆਸਰੇ ਖੜਨ ਦੀ ਅਸੀਂ ਕੋਸ਼ਿਸ਼ ਕਰਾਂਗੇ, ਜਿਵੇਂ ਵੀ ਕਰੋਗੇ ਮੈਂ ਵੈਲਕਮ। ਹਾਂ ਜੀ ਜ਼ਰੂਰ, ਮੈਂ ਤੁਹਾਡੇ ਵਿਚਾਰਾਂ ਦੇ ਨਾਲ ਖੜਾ, ਹੁਣ ਵਿਚਾਰਾਂ ਦੀ ਸਾਂਝ ਹੈ ਸਾਡੀ ਜੀ, ਹੋਰ ਤਾਂ ਕੋਈ ਗੱਲ ਨਹੀਂ। ਅਸੀਂ ਜਿਹੜੀ ਹਜ਼ਾਰਾਂ ਮੀਲ ਲੈ ਕੇ ਆ ਜਾਂਦੀ ਹੈ ਇੱਕ ਦੂਜੇ ਕੋਲ, ਉਹ ਵਿਚਾਰਾਂ ਦੀ ਸਾਂਝ ਹੀ ਆ। ਅਤੇ ਸੋ ਆਸ ਕਰਦੇ ਹਾਂ ਜੀ, ਇਹ ਜਿਹੜੀ ਅਗਲੀ ਜਿਹੜੀ ਇੰਟਰਵਿਊ ਆ ਸ਼ਤਾਬਦੀ 'ਤੇ ਕਰਾਂਗੇ, ਇਹ ਵਾਅਦਾ ਮੇਰਾ। ਅਤੇ ਮੈਂ ਇੱਥੇ ਜਾਂਦਾ ਜਾਂਦਾ ਇੱਕ ਦਰਸ਼ਕਾਂ ਨੂੰ ਇੱਕ ਜਿਹੜੀ ਗੱਲ ਇਹ ਕਹਿਣੀ ਚਾਹੂੰਗਾ ਵੀ ਜਿਹੜੇ ਉਹ ਦਰਸ਼ਕ, ਜਿਹੜੇ ਉਹ ਪਾਠਕ ਜਾਂ ਜਿਹੜੇ ਉਹ ਚਿੰਤਕ ਇਹ ਕਹਿੰਦੇ ਆ ਪੰਜਾਬੀ ਪੰਜਾਬੀਅਤ ਇਹਨੂੰ ਕੋਈ ਪੜ੍ਹਨੀਆਂ ਨਹੀਂ, ਕਿਤਾਬਾਂ ਨਹੀਂ ਪੜ੍ਹਦਾ ਕੋਈ, ਇਹਨੂੰ ਦੇਖਣੀਆਂ ਨਹੀਂ, ਇਹਨੂੰ ਇਹ ਡੁੱਬ ਰਹੀ ਆ, ਪਰ ਇਹ ਗੱਲ ਨਹੀਂ ਹੈ, ਜਿੱਦਣ ਤੁਹਾਡੇ 'ਚ ਵੀ ਜਸਵੰਤ ਕਮਲ ਜਿਹੀ ਤੁਹਾਡੀ ਕਲਮ ਦੇ ਵਿੱਚ ਕੋਈ ਚੀਜ਼ ਆ ਗਈ ਆ ਤਾਂ ਤੁਹਾਨੂੰ ਵੀ ਪਾਠਕ ਆਪ ਲੱਭ ਲੱਭ ਕੇ ਪੜ੍ਹਨਗੇ, ਪਾਠਕਾਂ ਦੀ ਅੱਜ ਵੀ ਕੋਈ ਕਮੀ ਨਹੀਂ। ਸਾਹਿਤ ਉਹ ਹੈ ਜਿਹੜਾ ਉਤਸ਼ਾਹ ਦੇਵੇ ਜੀ, ਜਿਹੜਾ ਸਾਹਿਤ ਉਤਸ਼ਾਹ ਨਹੀਂ ਦਿੰਦਾ ਨਾ ਲੇਖਕ ਨੂੰ, ਉਹ ਕੋਈ ਕੀਮਤ ਨਹੀਂ ਰੱਖਦਾ, ਉਹ ਕੋਈ ਉਹਦੀ ਉਹਦਾ ਉਹਦੀ ਪ੍ਰਭਤਾ ਨਹੀਂ ਹੈ ਜੀ। ਜੀ, ਮਹਾਨਤਾ ਇਸ ਗੱਲ 'ਚ ਹੈ ਕਿ ਉਹਨੂੰ ਜੇ ਮੈਂ ਸਮਝਦਾ 20 ਤੋਂ 21 ਵੀ ਕਰਦਾ ਉਹ ਵੀ ਚੰਗਾ, ਅਤੇ ਜਿਹੜਾ 0 ਤੋਂ 1000 ਕਰ ਦਿੰਦਾ ਜਾਂ 10 ਬਣਾ ਦਿੰਦਾ ਉਹਦੇ 'ਚ ਕੀ ਗੱਲ ਹੈ ਜੀ।
ਸੋ ਬਹੁਤ ਵਧੀਆ ਸੁਨੇਹਾ ਜੀ ਅੱਜ ਕੱਲ੍ਹ ਦਿੱਤੇ ਆ, ਇੱਕ ਨਹੀਂ ਸਾਰੀ ਇੰਟਰਵਿਊ ਦੇ ਵਿੱਚ ਹੀ ਸਾਨੂੰ ਬਹੁਤ ਸਾਰੇ ਸੁਨੇਹੇ ਅਤੇ ਤਜਰਬਿਆਂ ਤੋਂ ਸਿੱਖਣ ਨੂੰ ਮਿਲਦਾ। ਸੋ ਕੋਸ਼ਿਸ਼ ਕਰਾਂਗੇ ਜੀ ਅਗਲੀ ਇੰਟਰਵਿਊ ਦੇ ਵਿੱਚ ਹੋਰ ਵੀ ਵੱਧ ਲਾਹੇ ਲੈ ਸਕੀਏ। ਮੇਰਾ ਅਗਾਊਂ ਸ਼ੁਕਰੀਆ ਲੈ ਲਓ ਜੀ। ਸੋ ਅਗਾਊਂ ਸ਼ੁਕਰੀਆ ਦੇ ਨਾਲ ਆਪਾਂ ਮਿਲਦੇ ਹਾਂ ਜੀ ਕਿਸੇ ਹੋਰ, ਜਦੋਂ ਵੀ ਚਾਹੋ ਮੈਂ ਹਾਜ਼ਰ ਹਾਂ ਜੀ। ਬਹੁਤ ਵੱਡੀ ਗੱਲ ਆ ਜੀ, ਬਹੁਤ ਮੈਂ ਘਰਦਿਆਂ ਨਾਲੋਂ ਟੁੱਟਿਆ ਵਿਆ, ਘਰਦਿਆਂ ਨੂੰ ਕਿਹਾ ਵੀ ਜ਼ਮੀਨ ਤੁਹਾਡੇ ਕੋਲ ਖਾਣ ਜੋਗੀ ਬਥੇਰੀ ਆ ਜੀ, ਮੈਂ ਆਪਣੀ ਰਾਇਲਟੀ ਜਿਹੜੀ ਕਿਤੇ ਖਰਚ ਕਰਾਂ ਤੁਹਾਨੂੰ ਨਹੀਂ ਦੇਣੀ ਦੁਆਲੀ ਜੀ ਜੀ ਜੀ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਆਏ ਅਤੇ ਇੱਥੇ ਸਾਡੇ ਨਾਲ ਜਿਹੜੇ ਗੱਲਬਾਤ ਕੀਤੀ, ਬਹੁਤ ਮਿਹਰਬਾਨੀ।